हाँ जी दोस्तों की हाल चाल सारे उम्मीद करता सारे वधिया होवोंगे। सो अज की जो वीडियो स्विफ्ट डिजायर थे जो कि बहुत ही वधिया पुराने मॉडिफाइड किया जिद अलॉय व्हील्स हो गए सिस्टम हो गया बहुत मॉडिफिकेशन पुराने की थी। सो वीडियो में देखने तो पहले वीडियो में कर दो लाइक तो चैनल कर दो सबसक्राइब बाकी चैनल में शेयर भी कर दो अपने फ्रेंड्स के नाल बाकी मेरा इंस्टाग्राम चैनल मोहित बगोत्रा 7 उन्होंने भी फॉलो कर दो बाकी भरा नाम लाने तू क्या भाजी वजिए भाजी भाजी अपना नाम मेरा नाम भाजी करण है जी तो मैं फगवाड़े शहर तो बिलोंग करता जी। ब्लैक उपर दोनों नीचे ਗੱਡੀ ਲੁੱਕ ਦੇ ਰਹੇ ਤੇ ਭਾਜੀ ਵੈਸੇ 215 ਸਾਰਾ ਲੋਕੀ ਪ੍ਰੋਫਾਈਲ ਰੱਖਦੇ ਸੀ 40 ਰੱਖੀ ਇਹਦਾ ਉਦਾਂ ਹੀ ਭਾਜੀ ਥੋੜਾ ਪਹਿਲਾਂ 45 ਹੀ ਯੂਜ਼ ਕੀਤੀ ਸੀਗੀ ਪਰ ਫਿਰ ਥੋੜੀ ਪ੍ਰੋਫਾਈਲ ਮੈਨੂੰ ਥੋੜੀ ਵੱਡੀ ਲੱਗੀ ਇਸ ਕਰਕੇ ਛੋਟੀ ਕਰਾ ਲਈ ਤਾਂ ਕਰਕੇ ਤੇ ਭਾਜੀ ਜਿੱਦਾਂ ਹੁਣ ਤੁਸੀਂ 40 ਪ੍ਰੋਫਾਈਲ ਰੱਖੀ ਹੈ ਹਾਂਜੀ ਤੇ ਪਿੱਛੇ ਆ 4 ਜਾਂ 5 ਜਣੇ ਬੈਠ ਜਾਣ ਟੋਟਲ ਗੱਡੀ ਦੇ ਵਿੱਚ ਕੋਈ ਦਿੱਕਤ ਤੇ ਨਹੀਂ ਆਉਂਦੀ ਟੱਚ ਤੇ ਨਹੀਂ ਹੁੰਦੀ ਨਹੀਂ ਟੱਚ ਤੇ ਹੁੰਦੀ ਤੇ ਗੱਡੀ ਆਪਾਂ ਲਿਫਟ ਕਰਾਈ ਭਾਜੀ ਨਹੀਂ ਭਾਜੀ ਲਿਫਟ ਨਹੀਂ ਕਰਾਈ ਨਹੀਂ ਭਾਜੀ 17 ਇੰਚ ਤੁਸੀਂ 40 ਪ੍ਰੋਫਾਈਲ ਦੇ ਨਾਲ ਦਾ ਯੂਜ਼ ਕਰਦੇ ਹਾਂਜੀ ਹਾਂਜੀ ਬਸ ਇਹ ਹੈ ਕੋਈ ਥੋੜੇ ਖੱਡੇ ਵਗੈਰਾ ਦੇਖ ਕੇ ਚਲਾਣੀ ਪੈਂਦੀ ਭਾਜੀ ਹਾਂਜੀ ਹਾਂਜੀ ਬਸ ਉਦਾਂ ਭਾਜੀ ਕੋਈ ਪ੍ਰੋਬਲਮ ਤੇ ਨਹੀਂ ਉਦਾਂ ਕੋਈ ਪ੍ਰੋਬਲਮ ਨਹੀਂ ਭਾਜੀ ਤੇ ਕਿੰਨੇ ਦੇਰ ਹੋ ਗਏ ਅਲੋਏ ਵੇ ਸਕੁਆਇਰ ਤੇ ਤਾਂ ਇਹ ਭਾਜੀ 50 ਤੇ 55 ਦੇ ਵਿੱਚ ਵਿੱਚ ਪੈ ਗਈ ਅੱਛਾ 50 ਤੇ ਕਿੰਨਾ ਟਾਈਮ ਹੋ ਗਿਆ ਭਾਜੀ ਇਹਨੂੰ ਭਾਜੀ ਮੈਨੂੰ 2 ਮਹੀਨੇ ਹੋ ਗਏ 2 ਮਹੀਨੇ ਕੋਈ ਦਿੱਕਤ ਨਹੀਂ ਆਈ ਭਾਜੀ ਨਹੀਂ ਭਾਜੀ ਕੋਈ ਦਿੱਕਤ ਦੇਖ ਸਕਦੇ ਹੋ ਪੁਰਾਣੇ ਕਿੰਨੀ ਵਧੀਆ ਲੁੱਕ ਦਿੱਤੀ ਗੱਡੀ ਨੂੰ ਜਿਹੜੇ ਅਲੋਏ ਵੇ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਜਿਹੜੀ ਮੇਨ ਲੁੱਕ ਹੁੰਦੀ ਹੈ ਉਹ ਲੋਇਵਿਸ ਦੇ ਨਾਲ ਹੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਲੁੱਕ ਹੈ ਲੋਇਵਿਸ ਦੀ ਵਿਕਟਰ ਦਾ ਵੀਲਸ ਹੈ ਤੇ ਚਾਈਨੀਜ਼ ਪੁਰਾਣੇ ਟਾਇਰ ਸਾਈਜ਼ ਯੂਜ਼ ਕੀਤਾ ਤੇ ਭਾਈ ਚਾਈਨੀਜ਼ ਟਾਇਰ ਤੇ ਕੋਈ ਪ੍ਰੋਬਲਮ ਤੇ ਨਹੀਂ ਨਹੀਂ ਭਾਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਭਾਜੀ ਜੇ ਆਪਾਂ ਇੰਨੀ ਲੋ ਪ੍ਰੋਫਾਈਲ ਰੱਖਣੀ ਹੋਵੇ ਨਾ ਤਾਂ ਫੇਰ ਕੰਪਨੀ ਇਹਨਾਂ ਰეკਮੈਂਡ ਨਹੀਂ ਕਰਦੀ ਤੇ ਉਹ ਇੰਨੇ ਆਂਦੇ ਵੀ ਨਹੀਂ ਪਿੱਛੋਂ 40 ਪ੍ਰੋਫਾਈਲ ਦੇ ਕਾਮਨ ਆਪਾਂ ਨੂੰ 45 ਮਿਲਦਾ ਕੰਪਨੀ ਚ ਫਿਰ ਮੈਨੂੰ ਮੇਰੀ ਰਿਕੁਆਇਰਮੈਂਟ ਸੀ 40 ਦੀ ਤੇ ਇਸ ਕਰਕੇ ਫਿਰ ਮੈਨੂੰ ਚਾਈਨੀਜ਼ ਟਾਇਰ ਹੀ ਲੈਣਾ ਪਿਆ ਭਾਜੀ ਹਾਂਜੀ ਵੀ ਪੁਰਾਣੇ ਬਹੁਤ ਹੀ ਵਧੀਆ ਗੱਲ ਦੱਸੀ ਤੁਸੀਂ ਤੇ ਬਾਕੀ ਤੁਸੀਂ ਇੰਟੀਰੀਅਰ ਤੁਹਾਨੂੰ ਚੈੱਕ ਕਰਾਉਂਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੇ ਸੀਟ ਕਵਰ ਵੀ ਪਾਏ ਆ ਬਕਟ ਫਿਟਿੰਗ ਹੈ ਤੇ ਭਾਜੀ ਜਿਹੜਾ ਸੀਟ ਕਵਰ ਆ ਕੰਪਨੀ ਫਿਟਡ ਹੈ ਆਫਟਰ ਮਾਰਕੀਟ ਨਹੀਂ ਆਫਟਰ ਮਾਰਕੀਟ ਹੈ ਭਾਜੀ ਤੇ ਭਾਜੀ ਕਿੰਨੀ ਕੋਸਟ ਪੈ ਗਈ ਸੀ ਇਹਦੀ ਇਹ ਭਾਜੀ ਅਰਾਊਂਡ 7000 ਆਟੋ ਫਾਰਮ ਦੇ ਭਾਜੀ ਆਟੋ ਫਾਰਮ ਦੇ ਆਟੋ ਫਾਰਮ ਦੇ ਤੇ ਭਾਜੀ ਕਿੰਨੀ ਦੇਰ ਹੋ ਗਈ ਇਹਨੂੰ ਪਾਏ ਇਹਨੂੰ ਭਾਜੀ 2-3 ਸਾਲ ਹੋ ਗਏ 2-3 ਸਾਲ ਹਾਂਜੀ ਤੁਸੀਂ ਦੇਖ ਸਕਦੇ ਹੋ 2-3 ਸਾਲ ਹੋ ਗਏ ਤੇ ਹਜੇ ਵੀ ਬਹੁਤ ਹੀ ਵਧੀਆ ਇਹਦੀ ਲੁੱਕ ਹੈ ਤੇ ਆਮਰਸ ਵੀ ਪੁਰਾਣੇ ਇਹਦੇ ਵਿੱਚ ਲਗਵਾਇਆ ਦੇਖ ਸਕਦੇ ਹੋ ਤੇ ਭਾਜੀ ਆਮਰਸ ਵੀ ਬਾਹਰ ਵੀ ਲਗਵਾ ਸੀ ਹਾਂਜੀ ਇਹ ਵੀ ਆਫਟਰ ਮਾਰਕੀਟ ਹੈ ਭਾਜੀ ਤੇ ਇਹਦੀ ਕਿੰਨੀ ਕੋਸਟ ਪੈ ਗਈ ਸੀ ਇਹ ਭਾਜੀ ਅਰਾਊਂਡ 6-700 ਦੇ ਵਿੱਚ 6-700 ਹਾਂਜੀ 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 ਸੋ ਦੋਸਤੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਕਾਸ 24 ਬਾਰੇ ਦੱਸਣਾ ਚਾਹੁੰਦਾ ਜਿੱਥੇ ਤੁਸੀਂ ਆਪਣੀ ਯੂਜ਼ ਗੱਡੀਆਂ ਸੈਕਿੰਡ ਹੈਂਡ ਗੱਡੀਆਂ ਬੜੇ ਈਜ਼ੀ ਵੇ ਨਾਲ ਤੇ ਬੈਸਟ ਪ੍ਰਾਈਸ 'ਤੇ ਸੇਲ ਕਰ ਸਕਦੇ ਹੋ ਉਹ ਕੀ ਕਰਦੇ ਨੇ ਤੁਹਾਡੀ ਗੱਡੀ ਦਾ 30-40 ਮਿੰਟ ਦੇ ਵਿੱਚ ਇਨਸਪੈਕਸ਼ਨ ਕਰਦੇ ਨੇ ਤੇ ਉਹਨਾਂ ਕੋਲ ਬਹੁਤ ਸਾਰੇ ਚੈਨਲ ਅਵੇਲੇਬਲ ਆ ਆਲ ਓਵਰ ਇੰਡੀਆ ਤੇ ਜਿੱਥੇ ਬਹੁਤ ਸਾਰੇ ਡੀਲਰ ਆਉਂਦੇ ਆ ਤੁਹਾਡੀ ਗੱਡੀ ਦੀ ਬੈਟਿੰਗ ਕਰਦੇ ਨੇ ਬੈਟਿੰਗ ਦੇ ਥਰੂ ਤੁਹਾਨੂੰ ਜਿਹੜਾ ਗੱਡੀ ਦਾ ਬੈਸਟ ਪ੍ਰਾਈਸ ਮਿਲਦਾ ਉੱਥੇ ਤੁਸੀਂ ਆਪਣੀ ਗੱਡੀ ਸੇਲ ਆਊਟ ਕਰ ਸਕਦੇ ਹੋ ਤੇ ਬਾਕੀ ਤੁਸੀਂ ਸੋਚਦੇ ਸਭ ਕਰਨਾ ਕਿੱਦਾਂ ਹੁੰਦਾ ਤੇ ਆਰਸੀ ਟ੍ਰਾਂਸਫਰ ਤੇ ਪੈਸੇ ਦਾ ਕੀ ਸਿਸਟਮ ਹੁੰਦਾ ਤੇ ਆਰਸੀ ਟ੍ਰਾਂਸਫਰ ਤੁਹਾਨੂੰ ਫ੍ਰੀ ਆਫ ਕੋਸਟ ਕਰਕੇ ਦਿੰਦੇ ਨੇ ਤੇ ਜੇ ਪੈਸੇ ਤੁਹਾਨੂੰ ਇਨਸਟੈਂਟ ਚਾਹੀਦੇ ਤੇ ਕੁਝ ਪੈਸੇ ਕੱਟ ਕੇ ਤੁਹਾਨੂੰ ਟ੍ਰਾਂਸਫਰ ਕਰ ਦਿੰਦੇ ਅਦਰਵਾਈਜ਼ 48-72 ਆਵਰਸ ਦੇ ਵਿੱਚ ਤੁਹਾਨੂੰ ਪੈਸੇ ਟ੍ਰਾਂਸਫਰ ਕਰ ਦਿੰਦੇ ਤੇ ਬਾਕੀ ਤੁਸੀਂ ਸੋਚਦੇ ਕਰਨਾ ਕਿੱਦਾਂ ਬੜਾ ਈਜ਼ੀ ਵੀ ਹੈ ਤੁਸੀਂ ਕੁਝ ਕਰਨਾ ਨਹੀਂ ਹੈ ਲਿੰਕ ਦੇ ਵਿੱਚ ਡਿਸਕ੍ਰਿਪਸ਼ਨ 'ਚ ਲਿੰਕ ਹੈਗਾ ਉੱਥੇ ਤੁਸੀਂ ਜਾਣਾ ਆਪਣੀ ਗੱਡੀ ਦੀ ਅਪਾਇੰਟਮੈਂਟ ਬੁੱਕ ਕਰਨੀ ਹੈ ਤੇ ਇਹਨਾਂ ਦੇ ਆਲ ਓਵਰ ਇੰਡੀਆ ਦੇ ਵਿੱਚ ਸ਼ੋਰੂਮ ਨੇ ਤੁਸੀਂ ਕਿਸੇ ਵੀ ਗੂਗਲ ਤੇ ਜਾ ਕੇ ਨੀਅਰ ਮੀ ਕਾਸ 24 ਕਰ ਸਕਦੇ ਉੱਥੇ ਤੁਸੀਂ ਜਾ ਕੇ ਸ਼ੋਰੂਮ ਤੇ ਜਾ ਕੇ ਤੁਸੀਂ ਆਪਣੀ ਗੱਡੀ ਦੀ ਇਨਸਪੈਕਸ਼ਨ ਕਰਾ ਸਕਦੇ ਹੋ ਇਨਸਪੈਕਸ਼ਨ ਕਰਾ ਕੇ ਆਪਣੀ ਗੱਡੀ ਦਾ ਬੈਸਟ ਪ੍ਰਾਈਸ ਲੈ ਕੇ ਆਪਣੀ ਗੱਡੀ ਸੇਲ ਆਊਟ ਕਰਾ ਸਕਦੇ ਹੋ ਅਨੇ ਸਵਿਫਟ ਡਿਜ਼ਾਇਰ ਦੇ ਵਿੱਚ ਲਗਵਾਇਆ ਸੈਂਟਰ ਸਪੀਕਰ ਯਾਮਾਹਾ ਦਾ
ਬਹੁਤ ਹੀ ਵਧੀਆ ਲੁੱਕ ਦੇ ਰਿਹਾ ਤੇ ਭਾਜੀ ਮੈਨੂੰ ਪਹਿਲਾਂ ਦੱਸੋ ਹਾਂਜੀ ਇਸ ਸੈਂਟਰ ਸਪੀਕਰ ਕਿੱਥੋਂ ਲਗਵਾਇਆ ਤੇ ਕਿੰਨੇ ਦਾ ਪਿਆ ਹਾਂਜੀ ਇਹ ਭਾਜੀ ਮੈਂ ਲਗਵਾਇਆ ਜੀ ਫਗਵਾੜਾ ਮਾਲ ਟਾਊਨ ਉੱਥੇ ਦੁਕਾਨ ਹੈਗੀ ਹੈ ਜੀ ਆਟੋ ਜ਼ੋਨ ਤੇ ਉਹਨਾਂ ਇਹ ਮੈਨੂੰ ਕੋਸਟ ਕੀਤਾ ਸੀਗਾ ਜੀ 7500 ਦਾ 7500 ਹਾਂਜੀ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਆਊਟਪੁੱਟ ਭਾਈ ਕਿੱਦਾਂ ਹੈ ਇਹਦਾ ਆਊਟਪੁੱਟ ਭਾਜੀ ਬਹੁਤ ਵਧੀਆ ਵਾ ਜੇ ਹਾਂਜੀ ਸਿਸਟਮ ਨੂੰ ਆਪਾਂ ਅੱਜ ਦੇਖਿਆ ਜਾਵੇ ਤਾਂ ਅੱਗੇ ਵਾਸਤੇ ਭਾਜੀ ਜੇ ਅੱਗੇ ਵਾਸਤੇ ਆਵਾਜ਼ ਵਧਾਣੀ ਹੋਵੇ ਤਾਂ ਬਹੁਤ ਵਧੀਆ ਭਾਜੀ ਬਹੁਤ ਵਧੀਆ ਹਾਂਜੀ 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 ਠੀਕ ਹੈ ਤੇ ਬਾਕੀ ਤੁਸੀਂ ਜੇ ਤੁਹਾਨੂੰ ਪਤਾ ਹੈ ਜੇ ਆਊਟਪੁੱਟ ਤੁਸੀਂ ਵਧੀਆ ਲੈਣਾ ਤਾਂ ਪਾਇਨੀਅਰ ਦੀ ਤੁਹਾਨੂੰ ਹੈਡ ਯੂਨਿਟ ਲਵਾਉਣਾ ਪੈਂਦਾ ਤੇ ਪੁਰਾਣੇ ਵਿੱਚ ਲਗਾ 5290 ਤੇ ਬਾਕੀ ਭਾਈ ਤੁਸੀਂ ਵੀ ਦੱਸੋ ਇਹਦਾ ਆਊਟਪੁੱਟ ਕਿੱਦਾਂ ਇਹਦਾ ਆਊਟਪੁੱਟ ਭਾਜੀ ਬਹੁਤ ਵਧੀਆ ਜੀ ਤੇ ਆਪਾਂ ਜੇ ਆਪਾਂ ਸਿਸਟਮ ਨੂੰ ਮੇਨ ਚੀਜ਼ ਅਗਰ ਆਪਾਂ ਸਿਸਟਮ ਦੀ ਆਊਟਪੁੱਟ ਵਧਾਣੀ ਹੋਵੇ ਤਾਂ ਉਹਦੇ ਵਿੱਚ ਮੇਨ ਭਾਜੀ ਕੰਮ ਕਰਦਾ ਵਾ ਹੈਡ ਯੂਨਿਟ ਤੇ ਜੇ ਆਪਾਂ ਆਊਟਪੁੱਟ ਵਧੀਆ ਬਣਾਉਣੀ ਹੋਵੇ ਤਾਂ ਪਾਇਨੀਅਰ ਤੋਂ ਬੈਸਟ ਕੋਈ ਆਪਸ਼ਨ ਨਹੀਂ ਹੈਗੀ ਭਾਜੀ ਠੀਕ ਹੈ ਤੇ ਭਾਜੀ ਇਹਦੀ 5590 ਜਿਹੜਾ ਪਾਇਨੀਅਰ ਦਾ ਲਵਾਇਆ ਹੈਡ ਯੂਨਿਟ ਉਹਦੀ ਕੋਸਟ ਕਿੰਨੀ ਪੈ ਗਈ ਸੀ ਇਹ ਭਾਜੀ 18000 ਦਾ ਪਿਆ ਮੈਨੂੰ 18000 ਹਾਂਜੀ ਭਾਜੀ ਠੀਕ ਹੈ ਦੇਖ ਸਕਦੇ ਹੋ ਪੁਰਾਣੇ ਟਵਿੱਟਰ ਵੀ ਲਗਵਾਇਆ ਪਾਇਨੀਅਰ ਦੇ ਭਾਜੀ ਇਹ ਕਿੰਨੇ ਸੈੱਟ ਲਗਵਾਏ ਤੁਸੀਂ ਇਹ ਭਾਜੀ ਇੱਕ ਸੈੱਟ ਲਗਵਾਇਆ ਜੀ ਹਾਂਜੀ ਤੇ ਬਾਕੀ ਭਾਜੀ ਜਿਹੜੇ ਡੋਰਸ ਦੇ ਵਿੱਚ ਲੱਗੇ ਹੋ ਨਾਰਮਲ ਸਪੀਕਰ ਕਿਹੜੇ ਆ ਇਹਦੇ ਵਿੱਚ ਭਾਜੀ ਕੋਐਕਸਲ ਲੱਗੇ ਹੋਏ ਜੀ ਆਪਣੇ ਰੌਕਫੋਰਡ ਦੇ 5 ਸੀਰੀਜ਼ ਦੋ ਭਾਜੀ ਅੱਗੇ ਡੋਰਸ ਵਿੱਚ ਲੱਗੇ ਆ ਤੇ ਦੋ ਬੈਕ ਸਾਈਡ ਤੇ ਲੱਗੇ ਆ ਜੀ ਤੇ ਭਾਜੀ ਉਹਨਾਂ ਦੀ ਕੋਸਟ ਕਿੰਨੀ ਪੈ ਗਈ ਸੀ ਉਹ ਭਾਜੀ ਤਕਰੀਬਨ 10 ਤੋਂ 11000 ਦੇ ਵਿੱਚ ਦੋ ਸੈੱਟ ਕੋਈ ਓਵਲ ਤੇ ਨਹੀਂ ਲਗਵਾਏ ਭਾਜੀ ਨਹੀਂ ਓਵਲ ਕੋਈ ਨਹੀਂ ਭਾਜੀ ਓਵਲ ਨਹੀਂ ਲੂ ਨਹੀਂ ਭਾਜੀ ਠੀਕ ਹੈ ਤੇ ਭਾਜੀ ਕੋਈ ਗੱਡੀ ਡੈਂਪ ਡੂਮ ਹਾਂਜੀ ਡਿੱਗੀ ਡੈਂਪ ਆ ਭਾਜੀ ਡਿੱਗੀ ਡੈਂਪ ਹਾਂਜੀ ਸੋ ਗਾਇਸ ਤੁਹਾਨੂੰ ਦੱਸਣਾ ਚਾਹੁੰਦਾ ਭਾਈ ਨੇ ਜਿਹੜਾ ਮੀਟਰ ਹੁੰਦਾ ਇਹਦੇ ਵਿੱਚ ਜਿਹੜੀ ਲਾਈਟ ਹੁੰਦੀ ਆ ਯੈਲੋ ਇਹਨੂੰ ਭਾਜੀ ਨੇ ਕਰਾਈਆਂ ਵਾਈਟ ਤੇ ਭਾਜੀ ਤੁਸੀਂ ਮੈਨੂੰ ਦੱਸੋ ਇਹ ਚੀਜ਼ ਕਰਵਾਈ ਕਿੱਥੋਂ ਤੁਸੀਂ ਇਹ ਭਾਜੀ ਜਲੰਧਰ ਵਿੱਚ ਦੁਕਾਨ ਆ ਜੀ ਗੁਰੂ ਨਾਨਕ ਮੀਟਰ ਉੱਥੋਂ ਕਰਵਾਈ ਆ ਭਾਜੀ ਤੇ ਭਾਜੀ ਕਿੱਥੋਂ ਤੋਂ ਆਈਡੀਆ ਆਇਆ ਤੁਹਾਨੂੰ ਇਹ ਕਰਵਾਉਣ ਦਾ ਮੈਨੂੰ ਇਹ ਵੀ ਦੱਸੋ ਪਹਿਲੇ ਉਦੋਂ ਭਾਜੀ ਜਿੱਦਾਂ ਨਾ ਜਿਹੜਾ ਆਪਣਾ ਪਹਿਲਾਂ ਇਹਦੇ ਵਿੱਚ ਹੈਡ ਯੂਨਿਟ ਸੀਗਾ ਉਹ ਸੀਗਾ ਔਰੇਂਜ ਕਲਰ ਦਾ ਫਿਰ ਉਸ ਤੋਂ ਬਾਅਦ ਇਹ ਚੇਂਜ ਕਰੋਗੇ ਜੋ ਪਾਇਨੀਅਰ ਕਰਵਾਇਆ ਨਾ ਇਹਦੇ ਵਿੱਚ ਪਿੱਛੋਂ ਬੈਕਗ੍ਰਾਉਂਡ ਕਲਰ ਬਲੂ ਆਂਦਾ ਵਾ ਤੇ ਉਹ ਥੋੜਾ ਔਡ ਜਿਹਾ ਲੱਗਦਾ ਸੀ ਇੱਕ ਦਿਨ ਮੈਨੂੰ ਕਿਸੇ ਨੇ ਕਿਹਾ ਕਿ ਆ ਮੀਟਰ ਥੋੜਾ ਔਡ ਜਿਹਾ ਲੱਗਦਾ ਜੇ ਵਾਈਟ ਹੋ ਜਾਏ ਤਾਂ ਕਾਫੀ ਵਧੀਆ ਲੱਗੂਗਾ ਤੇ ਮੈਂ ਉਹਨਾਂ ਨਾਲ ਕੰਟੈਕਟ ਵਗੈਰਾ ਕੀਤਾ ਉਹਨਾਂ ਦਾ ਫਿਰ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਹਾਂ ਹੋ ਜਾਊਗਾ ਪਿੱਛੋਂ ਦੀ ਸਾਰਾ ਨਾ ਇਹਦੇ ਬਲਬਸ ਵਗੈਰਾ ਚੇਂਜ ਹੋ ਜਾਂਦੇ ਆ ਤੇ ਉਹ ਹੋ ਜਾਊਗਾ ਫਿਰ ਤਾਂ ਫਿਰ ਭਾਜੀ ਤੇ ਭਾਜੀ ਪੂਰਾ ਖੋਲਿਆ ਸੀ ਉਹਨਾਂ ਨੇ ਹਾਂਜੀ ਹਾਂਜੀ ਪੂਰਾ ਭਾਜੀ ਮੀਟਰ ਖੋਲ ਕੇ ਪਿੱਛੇ ਦੇ ਬਲਬ ਹੁੰਦੇ ਕਾਫੀ ਉਹ ਕੱਲਾ ਕੱਲਾ ਕਰਕੇ ਪੂਰੇ ਚੇਂਜ ਹੋਏ ਬਲਬ ਭਾਜੀ ਤੇ ਕੋਈ ਵਾਇਰ ਕੱਟਦੇ ਨਹੀਂ ਸੀ ਭਾਜੀ ਨਹੀਂ ਵਾਇਰਿੰਗ ਕੋਈ ਕੱਟ ਨਹੀਂ ਹੋਈ ਭਾਜੀ ਜਿੱਦਾਂ ਹਾਂ ਪਲੱਗ ਟੂ ਪਲੱਗ ਜਿੱਦਾਂ ਕੱਢੇ ਉਹਦੇ ਫਿੱਟ ਹੋ ਗਿਆ ਭਾਜੀ ਨਹੀਂ ਜਿੱਦਾਂ ਕੋਈ ਨਵਾਂ ਕੋਈ ਬੰਦਾ ਹੋਵੇ ਨਵੀਂ ਗੱਡੀ ਹੋਵੇ ਤੇ ਉਹ ਕਰਾਉਣਾ ਹੋਵੇ ਤੇ ਉਹਦੀ ਹਾਂਜੀ ਹਾਂਜੀ ਦਾ ਇਸ਼ੂ ਆਉਂਦਾ ਨਹੀਂ ਨਹੀਂ ਇਦਾਂ ਕੁਝ ਨਹੀਂ ਭਾਜੀ ਸਿਰਫ ਇਹਦੇ ਬਲਬ ਚੇਂਜ ਹੁੰਦੇ ਉਹਦਾ ਵਰਕਿੰਗ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਦਾ ਕੋਈ ਪ੍ਰੋਬਲਮ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਭਾਜੀ ਠੀਕ ਹੈ ਬਾਕੀ ਤੁਹਾਨੂੰ ਇਹਦਾ ਹੁਣ ਤਾਂ ਦਿਨ ਦਾ ਟਾਈਮ ਹੈ ਇਹਦਾ ਆਊਟਪੁੱਟ ਆ ਨਹੀਂ ਪਾਏਗਾ ਬਾਕੀ ਤੁਹਾਨੂੰ ਨਾਈਟ ਦਾ ਜਿਹੜਾ ਵਿਊ ਹੋਏਗਾ ਜ਼ਰੂਰ ਆਪਾਂ ਦਿਖਾਵਾਂਗੇ ਤੁਹਾਨੂੰ ਪੁਰਾਣੇ ਲਗਵਾਇਆ ਪਾਇਨੀਅਰ ਦਾ ਚੈਂਪੀਅਨ ਸੀਰੀਜ਼ ਵੂਫਰ ਤੇ ਭਾਜੀ ਇਹਦਾ ਆਊਟਪੁੱਟ ਕਿੱਦਾਂ ਆਉਂਦਾ ਪਹਿਲੇ ਦੱਸੋ ਆਊਟਪੁੱਟ ਭਾਜੀ ਇਹਦਾ ਬਹੁਤ ਵਧੀਆ ਜੀ ਤੇ ਡਿੱਕੀ ਪੂਰੀ ਡੈਂਪ ਕਰਾਈ ਆ ਭਾਜੀ ਡਿੱਕੀ ਪੂਰੀ ਡੈਂਪ ਆ ਭਾਜੀ ਕਿੰਨੀ ਸ਼ੀਟ ਲੱਗ ਗਈਆਂ ਸੀ ਭਾਜੀ ਇਹ ਭਾਜੀ ਡਬਲ ਸ਼ੀਟ ਲੱਗੀ ਹੈ ਜੀ ਡਬਲ ਸ਼ੀਟ ਲੱਗੀ ਹੈ ਹਾਂਜੀ ਹਾਂਜੀ ਤੇ ਕਿੰਨੀ ਕੋਸਟ ਪੈ ਗਈ ਸੀ ਭਾਜੀ ਇਹਦੇ ਦੀ ਦੱਸੋ ਡੈਂਪਿੰਗ ਦੀ ਭਾਜੀ 3-4000 ਦੇ ਵਿੱਚ 3-4000 ਹਾਂਜੀ 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 ਠੀਕ ਹੈ ਤੇ ਇਹ ਚੈਂਪੀਅਨ ਸੀਰੀਜ਼ ਜਿਹੜਾ ਭਾਈ ਤੁਸੀਂ ਵੂਫਰ ਲਗਵਾਇਆ ਹਾਂਜੀ ਇਹ ਕਿੰਨੇ ਟਾਈਮ ਆ ਯੂਜ਼ ਕਰਦੇ ਤੁਹਾਨੂੰ ਇਹ ਮੈਨੂੰ ਭਾਜੀ ਤਕਰੀਬਨ ਸਾਲ ਹੋ ਗਿਆ ਜੀ ਕੋਈ ਇਹਦੀ ਕੋਈ ਕੰਪਲੇਂਟ ਨਹੀਂ ਹੈ ਭਾਜੀ ਤੇ ਇਹਦਾ ਆਊਟਪੁੱਟ ਬਹੁਤ ਵਧੀਆ ਭਾਜੀ ਵੈਸੇ ਤਾਂ ਚੈਂਪੀਅਨ ਸੀਰੀਜ਼ ਤੁਹਾਨੂੰ ਪਤਾ ਮਿਲ ਹੀ ਨਹੀਂ ਰਹੀ ਹੁਣ ਮਿਲ ਨਹੀਂ ਰਹੀ ਹਾਂਜੀ ਭਾਜੀ ਉਦੋਂ ਵੀ ਔਖੀ ਮਿਲੀ ਸੀਗੀ ਪਰ ਮੈਨੂੰ ਆਹੀ ਚਾਹੀਦੀ ਸੀ ਭਾਜੀ ਕਿਉਂਕਿ ਇਹ ਪਹਿਲਾਂ ਤੋਂ ਹੀ ਮਤਲਬ ਇਹਦੀ ਡਿਮਾਂਡ ਵੀ ਕਾਫੀ ਹੈ ਤੇ ਇਹਦੀ ਆਊਟਪੁੱਟ ਵੀ ਵਧੀਆ ਭਾਜੀ ਫੇਵਰਿਟ ਮਤਲਬ ਮੰਨਿਆ ਜਾਂਦਾ ਸਭ ਤੋਂ ਵਧੀਆ ਦੋਸਤੋ ਤੁਸੀਂ ਦੇਖਿਆ ਪੁਰਾਣੇ ਸਵਿਫਟ ਡਿਜ਼ਾਇਰ ਜੋ ਕਿ 2013 ਮਾਡਲ ਪੁਰਾਣੇ ਬਹੁਤ ਹੀ ਵਧੀਆ ਮੋਡੀਫਾਈ ਕੀਤਾ ਜਿਹਦੇ ਵਿੱਚ 17 ਇੰਚ ਅਲੋਏ ਵੀਲਸ ਹੋ ਗਏ ਹੈਡਲਾਈਟ ਦੇ ਵਿੱਚ ਪੁਰਾਣੇ LED ਪਾਏ ਤੇ ਹੈਡ ਯੂਨਿਟ ਤੁਸੀਂ ਦੇਖਿਆ ਹੀ ਹੈ ਪਾਇਨੀਅਰ ਦਾ 5590 ਤੇ ਸੈਂਟਰ ਸਪੀਕਰ ਪੁਰਾਣੇ ਲਗਵਾ ਸੋ ਬਾਕੀ ਭਰਾ ਨੂੰ ਪੁੱਛਦੇ ਹਾਂ ਕਿੰਨੀ ਕੋਸਟ ਪੈ ਗਈ ਭਰਾ ਜਿਹੜੇ ਅਲੋਏ ਵੀਲਸ ਪਏ ਉਹਦੇ ਕਿੰਨੀ ਕੋਸਟ ਪੈ ਗਈ ਸੀ ਆਪਾਂ ਨੂੰ ਅਲੋਏ ਵੀਲਸ ਭਾਜੀ 55000 ਦੇ ਅਰਾਊਂਡ 55000 ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਜਿਹੜਾ ਸਿਸਟਮ ਭਾਈ ਲੱਗਾ ਟੋਟਲ ਉਹ ਅੰਦਰ ਕਿੰਨਾ ਪੈਸਾ ਸਿਸਟਮ ਭਾਜੀ ਟੋਟਲ
बाकी भरा देखिए गड्डी कितनी वधिया मॉडिफाइड आ। बाकी भरा की गड्डी किदा लगी कमेंट करके जरूर दसना, वीडियो किदा लगी कमेंट करके जरूर दसना, बाकी चैनल में शेयर जरूर करना अपने फ्रेंड्स के नाल फैमिली नाल। बाकी वीडियो किदा लगी कमेंट करके जरूर दसना। सो मिलते हैं नेक्स्ट वीडियो, थैंक यू।